ਅਸਲਾਮ ਅਲੈਕੁਮ, ਮੇਰਾ ਨਾਮ ਕਮਰ ਦਮਾਨ ਹੈ ਅਤੇ ਮੈਂ ਇਸ ਵਕਤ ਜਿਹੜੇ ਕਿਸਾਨ ਭਰਾਵਾਂ ਦੇ ਵਾਸਤੇ ਪੈਗਾਮ ਲੈ ਕੇ ਆਇਆ ਹਾਂ ਕਿ ਗਲਾਇਫੋਸੇਟ ਦੇ ਬਾਰੇ 'ਚ, ਰਾਊਂਡ ਅਪ ਦੇ ਬਾਰੇ 'ਚ ਕਿ ਅਸੀਂ ਗਲਾਇਫੋਸੇਟ ਕਰਨੇ ਹਾਂ ਪੈ ਸਪਰੇ, ਤਾਂ ਕਿਹੜੀ ਕਿਹੜੀ ਜੜੀ ਬੂਟੀਆਂ ਨੂੰ ਖਤਮ ਕਰਦੀ ਪਈ, ਦੂਸਰੇ ਨੰਬਰ 'ਤੇ ਅਸੀਂ ਉਸਨੂੰ ਅਗਰ ਸਪਰੇ ਕਰਨੇ ਹੈ ਤਾਂ ਕਿਤਨੀ ਦੇਰ ਤੱਕ ਉਸਦਾ ਰਿਜ਼ਲਟ ਆਉਣਾ ਹੈ ਪਿਆ, ਦੂਸਰੇ ਨੰਬਰ 'ਤੇ ਕਿ ਅਗਰ ਅਸੀਂ ਗਲਾਇਫੋਸੇਟ ਸਪਰੇ ਕੀਤੀ ਹੈ ਪਈ ਤਾਂ ਉੱਪਰੋਂ ਬਾਰਿਸ਼ ਆ ਜਾਂਦੀ ਹੈ ਪਈ, ਤਾਂ ਉਸਦਾ ਕੀ ਹੱਲ ਹੈ ਪਿਆ, ਸਾਡਾ ਰਿਜ਼ਲਟ ਆਉਣਾ ਹੈ ਜਾਂ ਨਹੀਂ ਆਉਣਾ ਹੈ ਪਿਆ, ਯਾਨੀ ਸਾਡੀਆਂ ਜੜੀ ਬੂਟੀਆਂ ਹਨ ਪਈਆਂ ਖੇਤ ਦੇ ਵਿੱਚ ਮੌਜੂਦ ਹਨ ਪਈਆਂ, ਉਹਨੂੰ ਅਸੀਂ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ ਅਤੇ ਗਲਾਇਫੋਸੇਟ ਦਾ ਕਿਤਨੇ ਅਰਸੇ ਤੱਕ ਇਸ ਦਾ ਰਿਜ਼ਲਟ ਰਹਿੰਦਾ ਪਿਆ। ਕਿਸਾਨ ਭਰਾ, ਜਿਸ ਟਾਈਮ ਤੁਸੀਂ ਕੋਈ ਵੀ ਚੀਜ਼ ਸਪਰੇ ਕਰਨ ਲੱਗਦੇ ਹੋ ਉਸ ਦੇ ਵਾਸਤੇ ਇਤਿਹਾਦੀ ਤਦਾਬੀਰਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਮਲ ਕਰਕੇ ਆਪਾਂ ਯਾਨੀ ਰਿਜ਼ਲਟ ਲੈ ਸਕਦੇ ਹਾਂ। ਕੋਈ ਵੀ ਸਪਰੇ ਕੀਤੀ ਜਾਂਦੀ ਹੈ ਉਸਦਾ ਰਿਜ਼ਲਟ ਲੈਣ ਦੇ ਵਾਸਤੇ ਇਤਿਹਾਦੀ ਤਦਬੀਰਾਂ ਜ਼ਰੂਰੀ ਹੁੰਦੀਆਂ ਨੇ। ਜਿਸ ਤਰ੍ਹਾਂ ਤੁਸੀਂ ਇਸ ਟਾਈਮ ਗਲਾਇਫੋਸੇਟ ਦਾ ਪੈਗਾਮ ਹੈ ਪਿਆ, ਗਲਾਇਫੋਸੇਟ ਦਾ ਸਪਰੇ ਕਰਨ ਲੱਗੇ ਹੋ, ਅਤੇ ਗਲਾਇਫੋਸੇਟ ਦੇ ਵਾਸਤੇ ਬਿਹਤਰ ਹੈ ਪਿਆ ਕਿ ਜਿਸ ਟਾਈਮ ਤੁਸੀਂ ਕਿਸੇ ਵੀ ਖੇਤ ਦੇ ਉੱਤੇ ਸਪਰੇ ਕਰਦੇ ਪਏ ਹੋ, ਯਾਨੀ ਪਲਾਟ ਹੈ ਪਿਆ ਉੱਥੇ ਤੁਸੀਂ ਜੜੀ ਬੂਟੀਆਂ ਖਤਮ ਕਰਨੀਆਂ ਨੇ, ਅਤੇ ਗਲਾਇਫੋਸੇਟ ਦਾ ਕੰਮ ਹੀ ਇਹੀ ਹੈ ਪਿਆ ਕਿ ਇਸ ਦੇ ਥੱਲੇ ਜਿਸ ਤੁਸੀਂ ਸਪਰੇ ਕਰਦੇ ਪਏ ਹੋ ਅਤੇ ਜਿਹੜੀ ਵੀ ਜੜੀ ਬੂਟੀ ਆਈ ਹੈ ਉਹ ਚਾਹੇ ਸਖਤ ਜਾਨ ਹੈ ਜਾਂ ਨਰਮ ਹੈ, ਉਹਨੇ ਰਿਜ਼ਲਟ ਦੇਣਾ ਹੈ, ਯਾਨੀ ਉਸਨੂੰ ਗਲਾਇਫੋਸੇਟ ਨੇ ਉਸਨੂੰ ਖਤਮ ਕਰ ਦੇਣਾ ਹੈ ਪਿਆ, ਉੱਪਰੋਂ ਹੀ ਖਤਮ ਨਹੀਂ ਕਰਨਾ ਬਲਕਿ ਇਸਨੂੰ ਜੜ੍ਹ ਤੱਕ ਖਤਮ ਕਰਨਾ ਹੈ ਪਿਆ। ਅਤੇ ਜਿਸ ਟਾਈਮ ਤੁਸੀਂ ਕਿਸਾਨ ਭਰਾ ਸਪਰੇ ਕਰਦੇ ਪਏ ਹੋ ਗਲਾਇਫੋਸੇਟ ਦਾ, ਉਸ ਵਾਸਤੇ ਕੀ ਹੈ ਪਿਆ ਕਿ ਵੱਤਰ ਦਾ ਹੋਣਾ ਚਾਹੀਦਾ ਪਿਆ, ਖਾਸ ਕਰਕੇ ਕਿਸਾਨ ਭਰਾ ਉੱਥੇ ਪਰੇਸ਼ਾਨ ਹੁੰਦੇ ਨੇ ਜਿੱਥੇ ਖੇਲਾਂ ਹੁੰਦੀਆਂ ਨੇ, ਯਾਨੀ ਕਿ ਖਾਲਾ ਹੁੰਦਾ ਪਿਆ ਅਤੇ ਪਾਣੀ ਗੁਜ਼ਾਰਨਾ ਹੁੰਦਾ ਪਿਆ, ਅਤੇ ਉੱਥੇ ਜੜੀ ਬੂਟੀਆਂ ਉਂਗਰਦੀਆਂ ਨੇ ਅਤੇ ਉਹ ਅੱਗੇ ਪਾਣੀ ਨੂੰ ਅੱਗੇ ਚੱਲਣ ਦੇ ਵਿੱਚ ਬੜਾ ਮੁਸ਼ਕਿਲ ਸਾਬਿਤ ਹੁੰਦੀਆਂ ਨੇ, ਪਾਣੀ ਨੂੰ ਅੱਗੇ ਚੱਲਣ ਨਹੀਂ ਦਿੰਦੀਆਂ, ਜਿਸ ਕਰਕੇ ਕਿਸਾਨ ਭਰਾ ਜਲਦੀ ਪਾਣੀ ਲਾ ਨਹੀਂ ਸਕਦੇ ਨੇ ਅਤੇ ਕਿਸਾਨ ਭਰਾਵਾਂ ਨੂੰ ਬੜੇ ਮੁਸ਼ਕਿਲ ਆਉਂਦੇ ਨੇ। ਅਤੇ ਕਿਸਾਨ ਭਰਾ ਆਖਦੇ ਨੇ ਕਿ ਅਸੀਂ ਇਸ ਖੇਲ ਦੇ ਵਿੱਚ ਕਿਸ ਤਰ੍ਹਾਂ ਜੜੀ ਬੂਟੀਆਂ ਖਤਮ ਕਰੀਏ ਕਿ ਸਾਡਾ ਰਿਜ਼ਲਟ ਵੀ ਆ ਜਾਵੇ ਅਤੇ ਅਸੀਂ ਅੱਗੇ ਪਾਣੀ ਯਾਨੀ ਕਿ ਜਲਦੀ ਸਪਲਾਈ ਵੀ ਪਹੁੰਚਾ ਸਕੀਏ ਪਾਣੀ ਦੀ। ਜਿਸ ਟਾਈਮ ਤੁਸੀਂ ਸਪਰੇ ਕਰਦੇ ਪਏ ਹੋ ਤਾਂ ਬਿਹਤਰ ਹੈ ਪਿਆ ਕਿ ਖੇਲ ਦੇ ਵਿੱਚ ਜਾਂ ਖੇਤ ਦੇ ਵਿੱਚ ਪਾਣੀ ਮੌਜੂਦ ਨਾ ਹੋਵੇ, ਵੱਤਰ ਹੋਵੇ ਯਾਨੀ ਗਿੱਲਾ ਹੋਵੇ, ਉਸ ਵਿੱਚ ਤੁਸੀਂ ਸਪਰੇ ਕਰਨਾ ਹੈ ਪਿਆ, ਖਾਸ ਕਰਕੇ ਟੱਕ ਵਾਲੇ ਫੁਆਰੇ ਦੇ ਨਾਲ, ਅਤੇ ਕਮ ਅਜ਼ ਕਮ 80 ਲੀਟਰ ਪਾਣੀ ਜਿਹੜਾ ਹੈ ਪਿਆ ਉਹ ਹੋਣਾ ਚਾਹੀਦਾ ਹੈ ਪਿਆ। ਜਿਸ ਟਾਈਮ ਤੁਸੀਂ ਕੋਈ ਵੀ ਸਪਰੇ ਕਰਨ ਲੱਗਦੇ ਹੋ ਯਾਨੀ 1 ਲੀਟਰ ਜਿਹੜਾ ਹੈ ਪਿਆ 80 ਲੀਟਰ ਪਾਣੀ ਦੇ ਵਿੱਚ ਹੱਲ ਕਰਕੇ ਅਤੇ ਫਿਰ ਇਸ ਨੂੰ ਜਿਹੜਾ ਤੁਸੀਂ ਇਸਤੇਮਾਲ ਕਰਨਾ ਹੈ ਪਿਆ। ਅਗਰ ਤੁਸੀਂ ਪਾਣੀ ਦੀ ਮਿਕਦਾਰ ਜ਼ਿਆਦਾ ਕਰ ਦਿੰਦੇ ਹੋ, ਦਵਾਈ ਦੀ ਡੋਜ਼ ਜਿਹੜੀ ਹੈ ਮਿਕਦਾਰ ਉਹ ਕਮ ਰੱਖਦੇ ਹੋ, ਅਤੇ ਫਿਰ ਰਿਜ਼ਲਟ ਦੀ ਵੀਕਨੈਸ ਹੁੰਦੀ ਹੈ ਯਾਨੀ ਕਿ ਮੁਕੰਮਲ ਰਿਜ਼ਲਟ ਨਹੀਂ ਆਉਂਦਾ। ਇਸ ਵਜ੍ਹਾ ਦੇ ਨਾਲ ਜ਼ਹਿਰ ਦੀ ਮਿਕਦਾਰ ਜ਼ਿਆਦਾ ਕਰਨੀ ਹੈ, ਯਾਨੀ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਪਾਣੀ ਦੀ ਮਿਕਦਾਰ ਜਿਹੜੀ ਰੱਖਣੀ ਹੈ 1 ਲੀਟਰ ਦੇ ਵਾਸਤੇ ਉਹ ਤੁਸੀਂ 80 ਲੀਟਰ ਰੱਖਣਾ ਹੈ ਪਿਆ। ਅਤੇ ਜਿਸ ਟਾਈਮ ਤੁਸੀਂ ਸਪਰੇ ਕਰਦੇ ਪਏ ਹੋ ਖਾਸ ਕਰਕੇ ਟੱਕ ਵਾਲੇ ਫੁਆਰੇ ਦੇ ਨਾਲ ਇਸਤੇਮਾਲ ਕਰਨਾ ਹੈ ਪਿਆ, ਅਤੇ ਇਸ ਵਿੱਚ ਕੀ ਹੈ ਕਿ ਤੁਸੀਂ ਹਰ ਯਾਨੀ ਜੜੀ ਬੂਟੀ ਦਾ ਤੁਸੀਂ ਹੱਲ ਲੈ ਸਕਦੇ ਹੋ, ਜਿਸ ਵਿੱਚ ਚੌੜਾ ਪੱਤਾ ਵੀ ਹੈ ਨੁਕੀਲਾ ਵੀ ਹੈ, ਇਸ ਨੂੰ ਤੁਸੀਂ ਸਖਤ ਜਾਨ ਯਾਨੀ ਜਿਹੜਾ ਡੀਲਾ ਮੁਰਕ ਹੈ ਉਸ ਦੇ ਉੱਪਰ ਤੁਸੀਂ ਸਪਰੇ ਕਰਦੇ ਹੋ, ਉਸ ਦੇ ਉੱਤੇ ਤੁਸੀਂ ਅਸਰ ਰਿਜ਼ਲਟ ਲੈ ਸਕਦੇ ਹੋ। ਇਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਪਿਆ ਕਿ ਅਗਰ ਤੁਹਾਡੀ ਕੋਈ ਫਸਲ ਦੂਸਰੀ ਹੈ ਜਿਸ ਉੱਪਰ ਗਲਾਇਫੋਸੇਟ ਨਹੀਂ ਹੋ ਸਕਦੀ ਹੈ, ਕੋਈ ਵੀ ਫਸਲ ਹੈ ਜਾਂ ਕੋਈ ਵੀ ਦਰਖਤ ਹੈ ਜਿਸ ਨੂੰ ਆਪਾਂ ਬਚਾਉਣਾ ਹੈ ਪਿਆ, ਮਹਿਫੂਜ਼ ਕਰਨਾ ਹੈ ਪਿਆ, ਤਾਂ ਉਸ ਉੱਤੇ ਗਲਾਇਫੋਸੇਟ ਦਾ ਸਪਰੇ ਨਹੀਂ ਕਰਨਾ ਹੈ ਪਿਆ। ਇਸ ਦਾ ਖਿਆਲ ਰੱਖੋ ਕਿ ਆਪਣੀ ਫਸਲ ਨੂੰ ਵੀ ਬਚਾਓ, ਦੂਸਰੇ ਨੰਬਰ 'ਤੇ ਜੜੀ ਬੂਟੀਆਂ ਖਤਮ ਕਰਨ ਦੇ ਵਾਸਤੇ ਇਸ ਨੂੰ ਤੁਸੀਂ ਗਲਾਇਫੋਸੇਟ ਨੂੰ ਸਪਰੇ ਕਰੋ ਤਾਂ ਕਿ ਜੜੀ ਬੂਟੀਆਂ ਖਤਮ ਹੋਣ ਅਤੇ ਆਪਣੀ ਜਿਹੜੀ ਫਸਲ ਹੈ ਜਾਂ ਖੇਲ ਜਿਹੜੇ ਹਨ ਉਹ ਬਿਲਕੁਲ ਸਾਫ਼ ਹੋਣ। ਹਾਂ, ਇਸ ਦਾ ਜਿਹੜਾ ਹੈ ਪਿਆ ਕਿ ਅਸਰ ਜਿਹੜਾ ਹੈ ਗਲਾਇਫੋਸੇਟ ਤੁਸੀਂ ਸਪਰੇ ਕਰਦੇ ਹੋ ਅਤੇ ਉਸ ਦਾ ਕੀ ਹੁੰਦਾ ਹੈ ਕਿ ਅਗਰ ਬਾਰਿਸ਼ ਆ ਜਾਂਦੀ ਹੈ ਯਾਨੀ ਕਿ 1 ਘੰਟੇ ਬਾਅਦ ਬਾਰਿਸ਼ ਆ ਜਾਂਦੀ ਹੈ ਤਾਂ ਉਸ ਦਾ ਵੀ ਰਿਜ਼ਲਟ ਮਿਲਣਾ ਹੈ ਪਿਆ ਤੁਹਾਨੂੰ, ਕਿਉਂਕਿ ਗਲਾਇਫੋਸੇਟ ਜਿਹੜੀ ਹੈ ਪਈ ਉਹ ਪੱਤਿਆਂ ਦੇ ਜ਼ਰੀਏ ਸਰਾਇਤ ਹੋ ਕੇ ਤਨੇ ਦੇ ਵਿੱਚ ਵੀ ਜਾਂਦੀ ਹੈ ਅਤੇ ਜੜ੍ਹ ਦੇ ਵਿੱਚ ਵੀ ਉਸਦਾ ਅਸਰ ਹੁੰਦਾ ਹੈ ਪਿਆ। ਜਿਸ ਟਾਈਮ ਜੜ੍ਹੋਂ ਤੁਸੀਂ ਉਸ ਨੂੰ ਖਤਮ ਕਰ ਲਓਗੇ ਅਤੇ ਫਿਰ ਜਿਹੜੀ ਹੈ ਉਹ ਫੋਟ ਦੁਬਾਰਾ ਨਹੀਂ ਹੋਵੇਗੀ ਜੜੀ ਬੂਟੀ ਦੀ। ਹਾਂ, ਜਿਹੜੀ ਜ਼ਮੀਨ ਦੇ ਵਿੱਚ ਮੌਜੂਦ ਬੀਜ ਪਿਆ ਹੈ ਪਿਆ ਉਸ ਨੂੰ ਗਲਾਇਫੋਸੇਟ ਨੇ ਖਤਮ ਨਹੀਂ ਕਰਨਾ ਹੈ,
ਇਸ ਕਰਕੇ ਜਿਸ ਟਾਈਮ ਤੁਸੀਂ ਸਪਰੇਅ ਕੀਤਾ ਹੈ ਪਿਆ ਅਤੇ ਜਿਹੜੀ ਉਂਗਰੀਆਂ ਹੋਈਆਂ ਜੜੀ ਬੂਟੀਆਂ ਨੇ ਉਹਨਾਂ ਨੂੰ ਉਸਨੇ ਮਾਰਨਾ ਪਿਆ। ਅਤੇ ਇਹ ਵੀ ਖਿਆਲ ਕਰਨਾ ਚਾਹੀਦਾ ਹੈ ਵੀ ਜਿਸ ਟਾਈਮ ਤੁਸੀਂ ਸਪਰੇਅ ਕਰ ਲੈਂਦੇ ਹੋ ਤਾਂ ਸਪਰੇਅ ਤੋਂ ਬਾਅਦ ਫੌਰੀ ਹੱਲ ਨਹੀਂ ਚਲਾਉਣਾ ਹੈ ਪਿਆ। ਗਰਮੀ ਨੂੰ ਵੇਖਣਾ ਹੈ, ਮੌਸਮ ਦੇ ਮੁਤਾਬਿਕ ਅਗਰ ਗਰਮੀਆਂ ਦੇ ਵਿੱਚ ਤੁਸੀਂ ਗਲਾਇਫੋਸੈਟ ਦਾ ਸਪਰੇਅ ਕੀਤਾ ਹੈ ਪਿਆ ਅਤੇ ਫਿਰ ਤਕਰੀਬਨ 2 ਤੋਂ 3 ਹਫ਼ਤੇ ਤੁਸੀਂ ਉਸ ਜ਼ਮੀਨ ਨੂੰ ਨਹੀਂ ਛੇੜਨਾ, ਯਾਨੀ ਉਸ ਵਿੱਚ ਹੱਲ ਨਹੀਂ ਚਲਾਉਣਾ। ਅਗਰ ਤੁਸੀਂ ਹੱਲ ਚਲਾਉਂਦੇ ਹੋ ਤਾਂ ਫਿਰ ਕੀ ਹੁੰਦਾ ਹੈ ਕਿ ਅਗਰ ਹੱਲ ਤੁਸੀਂ ਚਲਾ ਦਿੱਤਾ ਹੈ ਪਿਆ ਤਾਂ ਜ਼ਮੀਨ ਦੀ ਤਬਦੀਲੀ ਹੁੰਦੀ ਹੈ, ਯਾਨੀ ਥੱਲੇ ਵਾਲੀ ਜਿਹੜੀ ਜ਼ਮੀਨ ਹੈ ਉਹ ਦਿਸ਼ਾ ਦਾ ਟੁੱਟ ਚੁੱਕੀ ਹੁੰਦੀ ਹੈ, ਉੱਪਰ ਆ ਜਾਂਦੀ ਹੈ ਪਈ ਅਤੇ ਉਸ ਵਿੱਚ ਜਿਹੜੀ ਜੜੀ ਬੂਟੀਆਂ ਦਾ ਬੀਜ ਪਿਆ ਹੁੰਦਾ ਉਹ ਦੁਬਾਰਾ ਸ਼ੁਰੂ ਕਰਨਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਜਿਹੜੀ ਉਂਗਰੀਆਂ ਹੋਈਆਂ ਜੜੀ ਬੂਟੀਆਂ ਨੇ ਉਹਨਾਂ ਨੂੰ ਤੁਸੀਂ ਗਲਾਇਫੋਸੈਟ ਦੇ ਜ਼ਰੀਏ ਸਪਰੇਅ ਕਰਕੇ ਕੰਟਰੋਲ ਕਰ ਸਕਦੇ ਹੋ। ਜਿਹੜੀ ਜ਼ਮੀਨ ਦੇ ਵਿੱਚ ਬੀਜ ਮੌਜੂਦ ਪਿਆ ਉਸ ਦਾ ਕੋਈ ਹੱਲ ਨਹੀਂ ਹੈ ਪਿਆ, ਜਦੋਂ ਉਂਗਰੇ ਜੀ ਫਿਰ ਉਸ ਦਾ ਤੁਸੀਂ ਸਪਰੇਅ ਕਰ ਸਕਦੇ ਹੋ। ਅਗਰ ਤੁਸੀਂ ਸਪਰੇਅ ਕੀਤਾ ਹੈ ਪਿਆ ਤਾਂ ਉੱਪਰੋਂ ਬਾਰਿਸ਼ ਆ ਗਈ ਹੈ ਜਾਂ ਤੁਸੀਂ ਪਾਣੀ ਲਾ ਦਿੱਤਾ ਹੈ ਪਿਆ, 1 ਘੰਟੇ ਬਾਅਦ ਵੀ ਲਾ ਦਿੱਤਾ ਹੈ ਪਿਆ ਨਾ, ਤਾਂ ਫਿਰ ਵੀ ਤੁਹਾਨੂੰ ਗਲਾਇਫੋਸੈਟ ਦਾ ਜਿਹੜਾ ਹੈ ਰਿਜ਼ਲਟ ਮਿਲੇਗਾ, ਤੁਹਾਡੀ ਜੜੀ ਬੂਟੀਆਂ ਕੰਟਰੋਲ ਹੋ ਜਾਣਗੀਆਂ। ਅਗਰ ਤੁਸੀਂ ਆਖਦੇ ਹੋ ਕਿ ਅਸੀਂ ਜਾਂ ਹੀ ਸਪਰੇਅ ਕੀਤਾ ਤਾਂ ਉਸੇ ਟਾਈਮ ਹੀ ਉਸ ਵਿੱਚ ਪਾਣੀ ਲਾ ਦਿੱਤਾ ਜਾਂ ਖੜ੍ਹੇ ਪਾਣੀ ਦੇ ਵਿੱਚ ਤੁਸੀਂ ਗਲਾਇਫੋਸੈਟ ਦਾ ਸਪਰੇਅ ਕੀਤਾ ਅਤੇ ਫਿਰ ਰਿਜ਼ਲਟ ਨਹੀਂ ਆਉਣਾ। ਕਿਉਂ? ਇਸ ਤਰ੍ਹਾਂ ਹੈ ਕਿ ਪਾਣੀ ਦੀ ਮਿਕਦਾਰ ਜ਼ਿਆਦਾ ਹੋ ਜਾਣੀ ਹੈ ਅਤੇ ਆਪਣੀ ਜਿਹੜੀ ਜ਼ਹਿਰ ਹੈ ਪਈ ਗਲਾਇਫੋਸੈਟ ਦੀ ਮਿਕਦਾਰ ਜਿਹੜੀ ਉਹ ਕਮ ਹੋ ਜਾਣੀ ਹੈ। ਇਸ ਕਰਕੇ ਜਿਸ ਤਰ੍ਹਾਂ ਹੈ ਕਿ 70 ਹਾਲਤ ਦੇ ਵਿੱਚ ਤੁਸੀਂ ਉਹਨੂੰ ਸਪਰੇਅ ਕਰਨਾ ਹੈ ਤਾਂ ਤੁਸੀਂ ਆਪਣੀ ਜਿਹੜੀ ਬੂਟੀਆਂ ਜਿਹੜੀਆਂ ਖਤਮ ਕਰਨਾ ਚਾਹੁੰਦੇ ਹੋ ਉਸ ਦਾ ਰਿਜ਼ਲਟ ਲੈ ਸਕਦੇ ਹੋ। ਕਿਸਾਨ ਵੀਰਾਂ ਇਸ ਚੀਜ਼ 'ਤੇ ਅਮਲ ਕਰਨ, ਆਪਣੇ ਖੇਤ ਨੂੰ ਆਪਣੀ ਫਸਲਾਂ ਨੂੰ ਵੇਖਦੇ ਆ ਰੱਖਣ ਕਿ ਅਸੀਂ ਕਿਸ ਤਰ੍ਹਾਂ ਉਸਦੇ ਟਾਈਮ ਦੇ ਮੁਤਾਬਿਕ ਸਪਰੇਅ ਕਰਨਾ ਹੈ ਪਿਆ ਅਤੇ ਉਹਦਾ ਰਿਜ਼ਲਟ ਲਿਆਉਣਾ ਹੈ। ਸ਼ੁਕਰੀਆ ਕਿਸਾਨ ਵੀਰਾਂ ਦਾ।